ਪੰਜਾਬ ਸਰਕਾਰ। ਸਤਿ ਸ਼੍ਰੀ ਅਕਾਲ ਡੈਡੀ। ਸਤਿ ਸ਼੍ਰੀ ਅਕਾਲ, ਆ ਗਿਆ ਮੇਰਾ ਪੁੱਤ। ਹਾਂ ਜੀ ਡੈਡੀ, ਮੈਂ ਜਾ ਰਿਹਾ ਸੀਗਾ ਜੀ। ਹਾਂ ਪੁੱਤ ਠੀਕ ਹੈ, ਫਿਰ ਥੋੜ੍ਹੀ ਮਨੀ ਦੀ ਲੋੜ ਸੀ ਜੀ, ਮੈਨੂੰ ਦੇ ਦਿਓ ਜੀ। ਹਾਂ ਹਾਂ ਪੁੱਤ ਲੈ ਜਾ ਲੈ। ਕਿੰਨੇ ਪੈਸੇ ਦਵਾਂ ਇਹ ਦੱਸ? 100 ਹੀ ਦੇ ਦਿਓ ਜੀ ਬਸ, ਸੰਗਰੂਰ ਤੱਕ ਇੰਨੇ ਕੀ ਲੱਗਦੇ ਆ ਜੀ ਮੇਰੇ। ਚੱਲ ਤੂੰ 200 ਲੈ ਜਾ। ਨਹੀਂ ਡੈਡੀ 100 ਹੀ ਦੇ ਦਿਓ ਜੀ। ਕੋਈ ਨਾ ਪੁੱਤ, 100 ਲੋੜ ਪੈ ਜਾਂਦੀ ਹੈ, ਖਾ ਪੀ ਲਈ ਨਾਲੇ ਕੁਛ, ਹੈ ਨਾ? ਠੀਕ ਹੈ ਜੀ, ਨਾਲੇ ਮਨ ਲਾ ਕੇ ਪੜਿਆ ਕਰ। ਠੀਕ ਹੈ ਜੀ, ਲਿਆ ਕੇ ਦਿਖਾ ਦੇ ਮੈਨੂੰ 7-8 ਬੈਂਡ। ਠੀਕ, ਇਹਨੂੰ ਬਾਹਰ ਤੋਰਨਾ, ਦੇਖ ਲੈ ਕਹਾ ਪੁੱਤਾ ਮੇਰਾ ਜਮਾਂ ਹੀ ਗਊ ਆ। ਨਹੀਂ ਅੱਜ ਕੱਲ੍ਹ ਦੇ ਜਵਾਕ ਦਾ ਨਾ ਕੁੜੀਆਂ ਮਾਂਗਰੀ ਫਿਰੀ ਜਾਂਦੇ ਨੇ, ਨਾਲੇ ਜਿੰਨੇ ਪੈਸੇ ਦੇ ਦਿਓ ਉਨੀ ਉਡਾ ਦਿੰਦੇ ਨੇ। ਇਹ ਵਿਚਾਰਾ 100 ਰੁਪਈਆ ਹੀ ਲੈ ਕੇ ਗਿਆ, ਜਮਾਂ ਹੀ ਭੋਲਾ ਮੇਰਾ ਪੁੱਤ। ਯਾਰ ਰਾਧਾ ਨੇ ਬ੍ਰੇਕਫਾਸਟ ਕਰ ਲਿਆ ਹੁਣ, ਪਤਾ ਨਹੀਂ ਨਾ ਕਿਤੇ ਮੈਂ ਉਹਨੂੰ ਖਾਣਾ ਖਾਂਦੀ ਨੂੰ ਨਾ ਡਿਸਟਰਬ ਕਰਦਾ। ਯਾਰ ਕਰਾਂ ਮੈਂ, 1 ਮਿੰਟ ਬਾਲ ਪੱਟ ਕੇ ਦੇਖਦਾ ਵੀ ਕਰਾਂ ਕਿ ਨਾ। ਇੱਧਰਲਾ ਕਰਾਂ, ਇੱਧਰਲਾ ਕਰਾਂ ਨਾ ਕਰਾਂ ਯਾਰ, ਮਤਲਬ ਫਿਰ ਰਾਧਾ ਸੋਰੀ ਜੇ ਤੂੰ ਡਿਸਟਰਬ ਹੋ ਗਈ, ਪਲੀਜ਼ ਮੈਨੂੰ ਮਾਫ਼ ਕਰ ਦਿਓ। ਹੈਲੋ ਰਾਧਾ। ਹੈਲੋ, ਗੁੱਡ ਮਾਰਨਿੰਗ ਰਾਧਾ। ਹਾਂ ਗੁੱਡ ਮਾਰਨਿੰਗ ਰੀਤੂ, ਤੁਸੀਂ ਖਾਣਾ ਖਾ ਲਿਆ? ਹਾਂ ਵੀ ਖਾ ਕਰ ਹਟੀ ਹੂੰ। ਠੀਕ ਹੈ, ਮੈਨੂੰ ਨਾ ਐਵੇਂ ਸੀ ਮੈਂ ਤੁਹਾਨੂੰ ਡਿਸਟਰਬ ਨਾ ਕਰਦਾ, ਤੁਸੀਂ ਖਾ ਲਿਆ ਪੱਕਾ? ਡਿਸਟਰਬ ਬਾਰੇ ਕੀ ਬਾਤ ਹੈ, ਤੁਸੀਂ ਪੱਕਾ ਖਾ ਲਿਆ ਨਾ? ਹਾਂ ਪੱਕਾ ਖਾ ਲਿਆ। ਤੁਸੀਂ ਖਾ ਲਿਆ? ਨਹੀਂ ਮੈਂ ਨਹੀਂ ਖਾਇਆ ਹੈਗਾ। ਆਪਣਾ ਧਿਆਨ ਰੱਖਿਆ ਕਰੋ, ਖਾ ਲਓ ਉਹਨਾਂ ਦਾ ਖਾਣਾ। ਨਹੀਂ ਮੈਂ ਨਾ ਅੱਜ ਭੁੱਖ ਨਹੀਂ ਹੈਗੀ, ਬਸ ਤੁਸੀਂ ਖਾ ਲਿਆ, ਕੋਈ ਗੱਲ ਨਹੀਂ ਗੁੱਗੂ, ਮੈਂ ਠੀਕ ਹੈ, ਮੈਂ ਵੀ ਖਾ ਲਿਆ ਬਸ ਸਮਝ ਲਓ। ਚਲੋ ਓਕੇ, ਮੈਂ ਬਿਜੀ ਆਂਗੀ ਥੋੜਾ ਜਿਹਾ, ਠੀਕ ਹੈ। ਹੈਲੋ 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 ਹੈਲੋ, ਹਾਂ ਮੈਂ ਆਈਲੈਟ ਸੈਂਟਰ ਜਾ ਰਿਹਾ ਸੀ ਅੱਜ। ਓ ਵਾਓ, ਤੇ ਮੈਂ ਐਵੇਂ ਕਹਿ ਰਿਹਾ ਸੀਗਾ ਤੁਸੀਂ ਜੇ ਹਨਾ ਜਦੋਂ ਵੀ ਫ੍ਰੀ ਹੋਵੋਗੇ ਮੈਨੂੰ ਇੱਕ ਕਾਲ ਕਰ ਲਿਓ, ਠੀਕ ਹੈ? ਕੋਈ ਬਾਤ ਨਹੀਂ, ਅੱਛੀ ਜਿਹੀ ਸਕੋਰ ਲੈਣਾ ਤੂੰ, ਵਧੀਆ ਦਿਲ ਲਗਾ ਕੇ ਪੜਨਾ। ਦਿਲ ਤਾਂ ਮੇਰਾ ਤੁਹਾਡੇ ਨਾਲ ਹੀ ਲੱਗਿਆ ਹੋਇਆ, ਮੈਂ ਕਿੱਥੋਂ ਦਿਲ ਲਾ ਲੂੰਗਾ। ਓਕੇ ਓਕੇ, ਠੀਕ ਹੈ ਠੀਕ ਹੈ, ਤੂੰ ਥੋੜਾ ਜਿਹਾ ਬਿਜੀ ਹੋਊਂਗੀ ਫੇਰ ਬਾਅਦ ਮੈਂ ਕਾਲ ਕਰ ਦੂੰ, ਸੌਰੀ। ਕਰ ਲਓ ਨਾ ਪਲੀਜ਼, ਗੱਲ ਕਰ ਲਓ ਨਾ ਯਾਰ। ਐਕਚੁਅਲੀ ਨਾ ਮੰਮਾ ਔਰ ਪਾਪਾ ਥੋੜਾ ਜਿਹਾ ਨਰਵਸ ਹੈ, ਤਾਂ ਕਰਕੇ ਬੂਆ ਵੀ ਆਈ ਹੋਈ ਹੈ ਘਰ ਪੇ। ਓਕੇ ਹਾਂ ਓਕੇ, ਸੌਰੀ। ਚਲੋ ਠੀਕ ਹੈ ਰਾਧਾ, ਆਪਣਾ ਧਿਆਨ ਰੱਖਿਓ, ਟੇਕ ਕੇਅਰ। ਵੀ ਰੱਖਣਾ ਧਿਆਨ, ਓਕੇ ਟੇਕ ਕੇਅਰ। ਓਕੇ ਓਕੇ ਓਕੇ, ਪਾਪਾ ਆ ਗਿਆ, ਆ ਗਿਆ ਹੈ ਪਾਪਾ ਆ ਗਿਆ। ਧਿਆਨ ਰੱਖੀ ਵਧੀਆ ਵੀਰੇ। ਕੀ ਬਣਦਾ? ਕੁਛ ਨਹੀਂ ਵੀਰੇ, ਬਾਈ ਦੇ ਵੀ। ਤੁਸੀਂ ਕੌਣ ਵੀਰੇ? ਮੈਂ ਤਾਂ ਸਾਡੂ। ਮੈਂ ਸਮਝਿਆ ਨਹੀਂ ਵੀਰੇ, ਸਾਡੂ ਕੀ? ਰਾਧਾ ਨੂੰ ਜਾਣਦਾ ਵੀਰੇ, ਤੁਸੀਂ ਕਿਵੇਂ ਜਾਣਦੇ ਹੋ ਰਾਧਾ ਨੂੰ? ਰਾਧਾ ਤੇਰੇ ਨਾਲ ਸੈੱਟ ਹੈ? ਹਾਂਜੀ, ਰਾਧਾ ਦੀ ਭੈਣ ਮੇਰੇ ਨਾਲ ਸੈੱਟ। ਆਪਾਂ ਦੋਨੇ ਕੀ ਹੋਏ? ਸਾਡੂ ਸਾਡੂ ਵੀਰੇ, ਤੁਹਾਡੇ ਨਾਲ ਰਾਧਾ ਦੀ ਸਿਸਟਰ ਸੈੱਟ ਨੇ? ਹਾਂ ਮੇਰੇ ਨਾਲ ਤਾਂ ਕਦੋਂ ਦੀ ਸੈੱਟ ਆ, 3 ਸਾਲ ਹੋ ਗਏ। ਉਹ ਤਾਂ ਕਹਿ ਰਹੀ ਸੀ ਕਿ ਮੇਰੀ ਸਿਸਟਰ ਦੀ ਕਿਸੇ ਨਾਲ ਹੈ ਨਹੀਂ ਰਿਲੇਸ਼ਨਸ਼ਿਪ। ਉਹ ਤਾਂ ਉਹੀ ਕਹਿ ਰਹੀ ਹੁੰਦੀ ਨੇ। ਤੁਸੀਂ ਕਿੱਥੋਂ ਵੈਸੇ ਵੀਰੇ? ਥੈਂਕ ਯੂ ਨੇ, ਹੋਰ ਦੱਸ ਕੀ ਗੱਲ ਨੇ, ਗੱਲਬਾਤ ਹੁੰਦੀ ਹੈ? ਹਾਂਜੀ ਵੀਰੇ, ਅੱਜ ਥੋੜ੍ਹਾ ਟਾਈਮ ਹੋਈ ਸੀਗੀ ਐਕਚੁਲੀ, ਉਹ ਨਾ ਉਹਦੀ ਬੂਆ ਆਈ ਹੋਈ ਨੇ, ਤਾਂ ਉਹ ਕਹਿ ਰਹੇ ਨੇ ਕਿ ਮੈਂ ਨਾ ਫਿਰ ਗੱਲ ਕਰੂੰ, ਤਾਂ ਕਰਕੇ ਉਹ ਫੋਨ ਕੱਟ ਕਰ ਗਏ ਸੀਗੇ। ਜਿਹੜੀ ਬੂਆ ਉਹ ਵੀਰੇ ਨਾਭੇ ਵਾਲੀ, ਤੁਹਾਨੂੰ ਤਾਂ ਪਤਾ ਹੋਣਾ, ਉਹ ਤਾਂ ਸਾਰਾ ਕਦੋਂ ਦੀ ਨਿਕਲੀ ਹੈ। ਨਿਕਲੀ ਮਤਲਬ ਵੀਰੇ? ਉਹ ਤਾਂ ਕਿਸੇ ਨਾਲ, ਉਹ ਨਹੀਂ ਗੁਜਰਾਂ ਵਾਲਾ ਮੁੰਡਾ, ਵਿਆਹ ਕਰਾ ਕੋਰਟ ਮੈਰਿਜ ਕਰਾ ਰਿਹਾ ਜੀ, ਉਹਦਾ ਘਰ ਖਾਸ ਹੈ।
ਨਹੀਂ ਵੀਰੇ ਅੱਜ ਉਹ ਆਏ ਹੋਏ ਨੇ ਉਹਨਾਂ ਦੇ ਘਰੇ ਕਹਿ ਰਹੇ ਸੀਗੇ ਉਹ ਤਾਂ ਤੁਹਾਨੂੰ ਚਾਰ ਦੀ ਹੈ ਪਰ ਵੀਰੇ ਮੇਰਾ ਉਹ ਕਰਦੀ ਬਹੁਤ ਆ ਗਈ ਅੱਜ ਨਾ ਉਹਨੇ ਮੈਨੂੰ ਸਵੇਰੇ ਸਵੇਰੇ ਪਤਾ ਕੀ ਕਹਿਤਾ ਕਹਿੰਦੀ ਟੇਕ ਕੇਅਰ ਸਾਰਾ ਇੰਨਾ ਕਹਿੰਦਾ ਮੈਨੂੰ ਵੀ ਕਹਿੰਦੀ ਉਹ ਟੇਕ ਕੇਅਰ ਜੀਜੂ ਜੀ ਟੇਕ ਕੇਅਰ ਪੰਜ ਸੱਤ ਵਾਰੀ ਕਿਹਾ ਮੈਂ ਤਾਂ ਕਰਦੀ ਕੁਰਦੀ ਤਾਂ ਕੋਈ ਨਹੀਂ ਹੈਗੀ ਉਹ ਮੇਰੇ ਵੇਲੇ ਦਾ ਗਊ ਆ ਤੇਰੇ ਵੇਲੇ ਤਾਂ ਬਹੁਤ ਚਾਲੂ ਆ ਬਾਈ ਵੀਰੇ ਆਪਣੀ ਲੈਂਗੁਏਜ ਸੁਧਾਰੋ ਠੀਕ ਹੈ ਚਾਲੂ ਚੀਜ਼ ਕੀ ਹੁੰਦੀ ਆ ਚਾਲੂ ਦਾ ਉਹਨੂੰ ਮੈਂ ਕਦੇ ਆਪ ਨਹੀਂ ਕਿਹਾ ਤੁਸੀਂ ਐਵੇਂ ਕਿਵੇਂ ਚਾਲੂ ਕਹਿ ਸਕਦੇ ਹੋ ਚਾਲੂ 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 ਐਵੇਂ ਨਹੀਂ ਕਹਿਣਾ ਹੈਗਾ ਨਾਲੇ ਓਏ ਸਾਲੀ ਆ ਮੇਰੀ ਹੁਣ ਤੁਸੀਂ ਗਾਲ ਵੀ ਕੱਢ ਰਹੇ ਹੋ ਉਹਦੇ ਉਸਤਾਦ ਦੱਸਿਆ ਸਾਲੀ ਆ ਉਹ ਮੇਰੀ ਉਹਦੀ ਭੈਣ ਸੈੱਟ ਆ ਮੇਰੇ ਨਾਲ ਓਏ ਗੱਲ ਸੁਣ ਅਜੇ ਤਾਂ ਤੇਰੇ ਨਾਲ ਗੱਲਬਾਤ ਹੁੰਦੀ ਆ ਉਹਨੂੰ ਸੈੱਟ ਕਰ ਲਾ ਕੀਤਾ ਕੁੱਤਾ ਉਹ ਕੁਸਤੇ ਨੇ ਕੀਤਾ ਦਾ ਕੀ ਮਤਲਬ ਉੱਗੀ ਬਾਗੀ ਲਈ ਹੈ ਵੀਰੇ ਗੋ ਟੂ ਹੈਲ ਤੁਸੀਂ ਜਾ ਸਕਦੇ ਹੋ ਠੀਕ ਹੈ ਇੱਥੋਂ ਤੁਸੀਂ ਮੇਰਾ ਨਾ ਮੇਰਾ ਮਾਈਂਡ ਵਾਸ਼ ਕਰ ਰਹੇ ਹੋ ਤੁਸੀਂ ਉਹ ਤੇਰੇ ਫਾਇਦੇ ਦੀਆਂ ਗੱਲਾਂ ਨੇ ਇਹ ਮੇਰਾ ਕੋਈ ਫਾਇਦਾ ਨਹੀਂ ਹੈਗਾ ਮੈਂ ਠੀਕ ਆਪਣਾ ਉਹਦੇ ਨਾਲ ਕੋਈ ਫਾਇਦਾ ਨਹੀਂ ਸੋਚਿਆ ਹੈਗਾ ਤੁਸੀਂ ਗੋ ਟੂ ਹੈਲ ਤੁਸੀਂ ਜਾ ਸਕਦੇ ਵੀਰੇ ਸਾਰਾ ਜਦੋਂ ਛੱਡ ਗਈ ਉਦੋਂ ਬਾਅਦ ਹਾਂ ਸੈਡ ਸੌਂਗ ਸੁਣਦਾ ਚੰਗਾ ਲੱਗੇਗਾ ਤੁਹਾਨੂੰ ਕੀ ਲੈਣਾ ਮੇਰੀ ਲਾਈਫ ਹੈ ਤੁਸੀਂ ਨਾ ਮੇਰੇ ਫੋਕਸ ਤੋਂ ਮੈਨੂੰ ਤੋਂ ਆਊਟ ਕਰ ਰਹੇ ਹੋ ਮੈਨੂੰ ਪਤਾ ਨਾ ਮੈਂ ਉਹਨੂੰ ਕੀ ਸੋਚਿਆ ਹੋਇਆਗਾ ਤੁਸੀਂ ਚੱਲ ਜਾਓ ਤੁਸੀਂ ਚੱਲ ਜਾਓ ਯਾਰ ਵੀਰੇ ਮੈਂ ਤੈਨੂੰ ਐਂ ਕਹਿਣਾ ਸੈੱਟ ਕਰ ਲਾ ਛੱਡ ਕੇ ਨਹੀਂ ਜਾਊਗੀ ਕਿਵੇਂ ਕਰਾਂ ਸੈੱਟ ਉਹਨੂੰ ਆਪਦੀ ਜਾਲ 'ਚ ਫਸਾ ਕਿਵੇਂ ਫਸੂ ਜਾਲ 'ਚ ਉਹਦੇ ਨਾਲ ਵਧੀਆ ਗੱਲਾਂ ਮਾਰੇਗਾ ਭੁੱਖੀ ਬੱਗੀ ਲੈ ਲਾ ਉਹਦੀ ਓਏ ਇੰਨਾ ਕੁ ਚੱਲਦਾ ਹੁੰਦਾ ਮੈਂ ਨਹੀਂ ਚਲਾਉਣਾ ਤੁਸੀਂ ਵੀਰੇ ਜਾਓ ਬਸ ਗੋ ਟੂ ਹੈਲ ਯਾਰ ਮੈਂ ਬਰਨਾਲੇ ਵਾਲੀ ਨੂੰ ਟਾਈਮ ਦਿੱਤਾ ਹੋਇਆ ਜਾਂਦਾ ਬਾਏ ਹੁਣ ਐਵੇਂ ਥੋੜ੍ਹਾ ਹੁੰਦਾ ਹੁੰਦਾ ਯਾਰ ਇੱਕਦਮ ਪਿਆਰ ਦਾ ਅਹਿਸਾਸ ਐਵੇਂ ਥੋੜ੍ਹਾ ਹੁੰਦਾ ਹੁੰਦਾ ਹੌਲੀ ਹੌਲੀ ਹੁੰਦਾ ਹੁੰਦਾ ਗਾ ਹੁਣ ਕਿਵੇਂ ਬੱਸ 'ਚ ਕਰਾਂ ਉਹਨੂੰ ਮੈਂ ਨਾਲੇ ਐਵੇਂ ਕਿਵੇਂ ਬੱਸ 'ਚ ਹੋਊਗੀ ਉਹ ਗੁਰੂ ਦੀ ਸਮਰਾਟ ਅਜਿਹਾ ਵੀ ਹੋਏ ਕੰਮ ਸਾਡੇ ਕੋਲ ਹੋਵੇ ਸਾਵਧਾਨ ਹੈ ਨੌਕਰੀ ਕਾਰੋਬਾਰ ਕਿੱਤਾ ਕਰਾਇਆ ਗ੍ਰਹਿ ਗਲੇਸ਼ ਮਨ ਚਾਹੀ ਸਾਦੀ ਸੰਤਾਨ ਦੁਸ਼ਮਣ ਤੋਂ ਛੁਟਕਾਰਾ ਪਤੀ ਪਤਨੀ ਪ੍ਰੇਮੀ ਪ੍ਰੇਮਿਕਾ ਬੱਸ ਵਿੱਚ ਕਰਵਾਓ ਬਸੀ ਕਰਨ ਮੁੱਠ ਕਰਨੀ ਕਰਵਾਓ ਜਾਂ ਟੁੱਟਵਾਓ ਸਾਰੀ ਸਮੱਸਿਆਵਾਂ ਦਾ ਸਾਵਧਾਨ ਗਰੰਟੀ ਨਾਲ ਕੀਤਾ ਜਾਂਦਾ ਹੈ ਸੰਗਰੂਰ ਪੰਜਾਬ ਗੁਰੂ ਜੀ ਸਮਰਾਟ ਹੈ ਐਵੇਂ ਵੀ ਹੋ ਜਾਂਦਾ ਹੁੰਦਾ ਯਾਰ ਐਂ ਬਾਬੇ ਐਂ ਬੱਸ 'ਚ ਕਰ ਦਿੰਦੇ ਹੁੰਦੇ ਨੇਗੇ ਪ੍ਰੇਮਿਕਾ ਅਤੇ ਪ੍ਰੇਮੀ ਨੂੰ ਕੀ ਪਤਾ ਮੇਰੀ ਰਾਧਿਕਾ ਮੈਨੂੰ ਪਿਆਰ ਹੀ ਕਰਨ ਲੱਗ ਜੇ ਇੱਕ ਵਾਰ ਲਾ ਲਾਂ ਫੋਨ ਇਹਨੂੰ ਮੈਂ ਲਾ ਲਾਂ ਯਾਰ ਲਾਵਾਂ ਜਾਂ ਨਾ ਇੱਕ ਮਿੰਟ ਲਾਵਾਂ ਲਾਵਾਂ ਨਾ ਲਾਵਾਂ ਮਤਲਬ ਹੈਲੋ ਹੈਲੋ ਗੁੱਡ ਮਾਰਨਿੰਗ ਬਾਬਾ ਜੀ ਗੁੱਡ ਮਾਰਨਿੰਗ ਬੱਚਾ ਕਿਵੇਂ ਹੋ ਜੀ ਹੈਲੋ ਹੈਲੋ ਕਿਵੇਂ ਹੋ ਬਾਬਾ ਜੀ ਵਧੀਆ ਜੀ ਬਾਬਾ ਜੀ ਮੈਂ ਰਾਧਾ ਉਤੋਂ ਦੀ ਪੁੱਛਣਾ ਜੀ ਪੁੱਛੋ ਬੇਟਾ ਪੁੱਛੋ ਬਾਬਾ ਜੀ ਮੈਂ ਰਾਧਾ ਨੂੰ ਬੱਸ 'ਚ ਕਰਨਾ ਜੀ ਮੇਰੇ ਆਪਦੇ ਪਾਗਲ ਕਰਨਾ ਜੀ ਮੈਂ ਆਪਣੇ ਪਿਆਰ ਚ ਓਹਨੂੰ ਪਾ ਕੇ ਅੱਛਾ ਏਦਾਂ ਕਰੋ ਤੁਸੀਂ ਹਜੇ ਬਿਜੀ ਆਪਾਂ ਬਾਅਦ ਚ ਗੱਲ ਕਰਾਂਗੇ ਤੁਸੀਂ ਪਹਿਲਾਂ ਨਾ ਅੱਖ ਦੀ ਜੜ ਦੇ ਵਿੱਚ ਲਾਲ ਚੁੰਨੀ ਹੈ ਜੀ ਲਾਲ ਚੁੰਨੀ ਹਾਂਜੀ ਤੇ ਇੱਕ ਸੂਈ ਹਾਂਜੀ ਚੜਦੇ ਕਿਹੜੇ ਨੌਰਥ ਵੱਲ ਨੂੰ ਕਰਕੇ ਦੋ ਉਹਦਾ ਨਾਮ ਲੈ ਕੇ ਕਹਿ ਦੋ ਮੇਰੇ ਬੱਚ ਹੋ ਜੇ ਰਾਧਾ ਇੱਕ ਤਾਂ ਰੈੱਡ ਚੁੰਨੀ ਜੀ ਇੱਕ ਸੂਈ ਜੀ ਇੱਕ ਸੂਈ ਹਾਂਜੀ ਇੱਕ ਰੈੱਡ ਚੁੰਨੀ ਇੱਕ ਸੂਈ ਬਸ ਜੀ ਹਾਂ ਬਸ ਬੇਟਾ ਹਾਂ ਇੱਕ ਵਾਰ ਹੋਰ ਦੱਸ ਦਿਓ ਲਿਸਨ ਕਰਾ ਦਿਓ ਜੀ ਇੱਕ ਤਾਂ ਸੂਈ ਹੈ ਨਾ ਇੱਕ ਰੈੱਡ ਚੁੰਨੀ ਪਿੱਪਲ ਦੀ ਜੜ 'ਚ ਜੀ ਅੱਖ ਦੀ ਜੜ 'ਚ ਜੀ ਅਤੇ ਨਾਮ ਲੈ ਕੇ ਹੈ ਨਾ ਜੀ ਬੋਲਣਾ ਜੀ ਹੈ ਨਾ ਜੀ
ਠੀਕ ਆ ਥੈਂਕ ਯੂ ਬਾਬਾ ਜੀ ਥੈਂਕ ਯੂ ਠੀਕ ਆ ਥੈਂਕ ਯੂ ਜੀ ਥੈਂਕ ਯੂ ਕਰੇ ਚੰਦ ਕਢੂਰਾ ਰਿਤਾ ਹਾਏ ਡੈਡੀ ਵੀ ਕਰੇ ਨਾ ਕਿਉਂ ਕੀ ਬਾਹਰ ਆ ਲਾ ਕੱਟਾ ਜੱਕ ਲਈ ਲਾ ਲੈ ਤੱਕ ਉਹ ਆ ਗਿਆ ਪੁੱਤ ਤੂੰ ਹਾਂ ਡੈਡੀ ਆ ਗਈ ਇੰਨੀ ਜਲਦੀ ਕਿਵੇਂ ਆ ਗਿਆ ਅੱਜ ਉਹ ਅੱਜ ਡੈਡੀ ਸ਼ਿਵਰਾਤਰੀ ਤੀ ਨਾ ਜੀ ਤਾਂ ਕਰਕੇ ਉਹ ਇੰਸਟੀਚਿਊਟ ਵਾਲਿਆਂ ਨੇ ਹਾਫੜੇ ਕਰਤਾ ਜੀ ਇਹ ਕਿਹੜੀ ਹਾਫੜੇ ਹੋਈ ਯਾਰ ਪਤਾ ਨਹੀਂ ਮੈਨੂੰ ਤਾਂ ਕਹਿੰਦੇ ਬਾਗ ਜਾ ਘਰੇ ਤੂੰ ਅੱਛਾ ਅੱਛਾ ਚੱਲ ਕੋਈ ਨਹੀਂ ਇੰਸਟੀਚਿਊਟ ਵਾਲੇ ਵੀ ਹੈ ਸ਼ਿਵਰਾਤਰੀਆਂ ਬਣਾਉਣ ਲੱਗ ਗਏ ਕਮਾਲ ਹੈ ਡੈਡੀ ਹੱਤ ਉਹ ਮੰਮੀ ਦੀ ਲਾਲ ਚੁੰਨੀ ਕਿੱਥੇ ਪਈ ਹੈ ਜੀ ਨਾ ਲਾਲ ਚੁੰਨੀ ਤਾਂ ਕੀ ਕਰਨੀ ਓਏ ਤੂੰ ਸਾਲੇ ਹੁਣ ਤੀਆਂ ਤੇ ਜਾਏਗਾ ਮੈਨੂੰ ਤਾਂ ਤੂੰ ਪਹਿਲੀ ਕੁੜੀਆਂ ਵਰਗਾ ਲੱਗਦਾ ਹੁਣ ਕਿਤੇ ਕੁੜੀ ਨਾ ਬਣਨ ਲੱਗ ਜੀ ਨਹੀਂ ਡੈਡੀ ਤੁਸੀਂ ਮਾਇੰਡ 'ਚ ਗਲਤ ਸੋਚ ਰਹੇ ਹੋ ਜੀ ਉਹ ਜੀ ਜਿਹੜੇ ਸਾਨੂੰ ਪੜ੍ਹਾਉਂਦੇ ਨਹੀਂ ਹੈਗੇ ਜੀ ਹਨਾ ਜੀ ਇੰਸਟੀਚਿਊਟ 'ਚ ਜੀ ਹਾਂ ਉਹ ਜਿਹੜੇ ਮਤਲਬ ਸਾਡੇ ਗਾਹਾਂ ਅੱਗੇ ਗੋਰੇ ਅੰਕਲ ਹੋਰੀ ਟੈਸਟ ਲੈਂਦੇ ਨੇ ਜੀ ਕਾਰਲ ਸਕੈਂਬੈਰੀ ਹੋਣੀ ਜੀ ਉਹ ਜਿਹੜੇ ਸਾਨੂੰ ਸਿਖਾਉਂਦੇ ਨੇ ਜੀ ਉਹ ਆਉਣਗੇ ਜੀ ਸਾਡੇ ਇੰਸਟੀਚਿਊਟ 'ਚ ਜੀ ਉਹਦੇ ਉਹਨਾਂ ਖਾਤਰ ਅਸੀਂ ਫੰਕਸ਼ਨ ਰੱਖਿਆ ਜੀ ਉਹ ਸੱਭਿਆਚਾਰ ਦੇਖ ਕੇ ਜਾਣਗੇ ਜੀ ਪੰਜਾਬੀ ਜੀ ਮੈਨੂੰ ਹਾਂ ਮੈਨੂੰ ਕਹਿੰਦੇ ਜੀ ਵੀ ਤੂੰ ਲਾਲ ਚੁੰਨੀ ਲਿਆ ਜਿਹੜਾ ਮੇਰੇ ਨਾਲ ਦਾ ਜੀ ਉਹ ਤੜਕੇ ਚਰਖਾ ਲੈ ਕੇ ਆਊਗਾ ਜੀ ਤੇ ਜਿਹੜਾ ਇੱਕ ਮੁੰਡਾ ਉੱਥੋਂ ਆਉਂਦਾ ਜੀ ਰਟੋਲਾਂ ਤੋਂ ਹਨਾ ਜੀ ਉਹ ਘੁੰਗਰੂ ਵਾਲੀ ਪੱਖੀ ਲੈ ਕੇ ਆਊ ਜੀ ਮੈਨੂੰ ਕਹਿੰਦੇ ਵੀ ਤੂੰ ਲਾਲ ਚੁੰਨੀ ਤਾਂ ਕਰਕੇ ਕਿਹਾ ਜੀ ਮੈਂ ਤਾਂ ਅੱਛਾ ਅੱਛਾ ਉਹ ਟਰੰਕ 'ਚ ਪਈ ਆ ਉੱਥੇ ਪੇਟੀ ਨਾਲ ਟਰੰਕ ਪਿਆ ਨਾ ਛੋਟਾ ਕਾਲਾ ਜਿਹਾ ਉਹਦੇ 'ਚ ਪਈਆਂ ਨੇ ਠੀਕ ਹੈ ਜੀ ਨਾਲੇ ਜੇ ਚਰਖਾ ਨਾ ਮਿਲਿਆ ਉਹ ਵੀ ਲੈ ਜੀ ਉਹ ਛੱਤੀ ਤੇ ਪਿਆ ਹੋਊਗਾ ਠੀਕ ਹੈ ਜੀ ਹਾਂ ਲੈ ਵਾ ਤਾਂ ਵਧੀਆ ਗੱਲ ਹੈ ਸੱਭਿਆਚਾਰ ਦਿਖਾਉਣਗੇ ਆਪਣਾ ਡੈਡੀ ਹਾਂ ਉਹ ਸੂਈ ਵੀ ਦੇ ਦਿਓ ਜੀ ਸੂਈ ਨੂੰ ਹੁਣ ਕੀ ਕਰਨਾ ਤੈਂ ਉਹਨਾਂ ਗੰਦੇ ਕੱਢ ਕੇ ਦਿਖਾਉਣੇ ਨਹੀਂ ਜੀ ਉਹਨਾਂ ਨੂੰ ਜੀ ਉਹ ਨਗੰਦੇ ਉਹ ਉੱਥੇ ਪਈ ਹੋਣੀ ਉਹ ਆਪਣੀ ਮਸ਼ੀਨ ਆ ਜਿਹੜੀ ਤੇਰੀ ਬੇਬੇ ਵਾਲੀ ਠੀਕ ਹੈ ਹਾਂ ਉਹ 'ਚ ਪਈ ਹੋਣੀ ਕੋਈ ਆਉਂਦਾ ਤਾਂ ਨਹੀਂ ਹੈਗਾ ਕੋਈ ਬੰਦਾ ਨਾ ਜੇ ਮੈਨੂੰ ਡਰ ਲੱਗਦਾ ਹਾਏ ਮੇਰੇ ਪਾਪੇ ਨੂੰ ਤਾਂ ਨਹੀਂ ਕੋਈ ਦੱਸਦਾ ਜੇ ਮੈਨੂੰ ਕਿਸੇ ਨੇ ਦੇਖ ਲਿਆ ਰਾਧਾ ਤੇਰੇ ਲਈ ਮੈਂ ਇੰਨਾ ਕੁ ਤਾਂ ਕਰ ਸਕਦਾ ਤੂੰ ਮੈਨੂੰ ਅੱਜ ਟੇਕ ਕੇਅਰ ਕਹਿਤਾ ਉਹਨੇ ਕਿਹਾ ਤੀ ਚੜ੍ਹਦੇ ਵੱਲ ਨੌਰਥ ਈਸਟ ਵੈਸਟ ਆ ਸੀਗਾ ਮੂੰਹ ਚੜ੍ਹਦੇ ਵੱਲ ਆ ਲੋ ਜੀ ਜਿਹੜੇ ਵੱਡ ਵਡੇਰੇ ਹੋ ਕਲਰ ਵਾਲੀ ਮੈਦਾਨ ਵਾਲੀ ਮਾਈ ਕਲਰ ਵਾਲੀ ਮਾਈ ਜਿਹੜੀ ਵੀ ਮਾਏ ਹੋ ਤੁਸੀਂ ਐ ਬਾਬਾ ਬਸੀ ਕਰਨ ਵਾਲਿਆ ਮੇਰੀ ਰਾਧਾ ਮੈਨੂੰ ਦੇ ਦੇ ਮੇਰੀ ਝੋਲੀ 'ਚ ਪਾ ਦੇ ਇੱਕ ਮਿੰਟ ਉਹਨੇ ਕਿਹਾ ਤੀ ਨਾ ਉਹ ਲੈਣਾ ਹੇ ਰਾਧਾ ਮੇਰੀ ਹੋ ਜਾ ਹੇ ਰਾਧਾ ਮੇਰੀ ਹੋ ਜਾ ਹੇ ਰਾਧਾ ਮੇਰੀ ਹੋ ਜਾ ਤੂੰ ਹੇ ਰਾਧਾ ਮੇਰੀ ਹੋ ਜਾ ਅਵਤਾਰ ਵੀਰੇ ਮੈਂ ਤਾਂ ਹਾਲ ਆਸਣ ਕਰਦਾ ਸੀਗਾ ਭਾਵੇਂ ਸਿਖਰ ਦੇ ਪਹਿਰੇ ਦੋ ਵਾਰੀ ਚਾਹਦਾ ਟਾਈਮ ਹੋਇਆ ਪਿਆ ਵੀਰੇ ਹਾਲ ਆਸਣ ਤਾਂ 2 ਵਜੇ ਹੁੰਦਾ ਗਾ ਚਪਾ ਦਾ ਸੁਣ ਫਿਰ ਸਵਾ 4 ਹੁੰਦਾ ਉਹ ਸੱਚੀ ਸੱਚੀ ਦੱਸ ਕੀ ਕਰਦਾ ਤੇਰੇ ਭਾਪੇ ਨੂੰ ਦੱਸੂ ਮੈਂ ਭਾਪੇ ਨੂੰ ਨਾ ਦੱਸੀ ਹੌਲੀ ਹੱਸਣ ਕਰਦਾ ਸੀ ਮੈਂ ਤਾਂ ਉਹੀ ਆਹਾ ਕੀ ਆ ਆਹਾ ਹਾਂ ਪਾਪੇ ਨੂੰ ਦੱਸੀ ਸਾਰਾ ਕੁਝ ਦੱਸ ਦੱਸ ਤੂੰ ਦੱਸ ਕੀ ਕਰਦਾ ਸੀਗਾ ਮੇਰੇ ਨਾਲ ਇੱਕ ਮੇਰੀ ਕੁੜੀ ਨਾਲ ਮੇਰੀ ਫਰੈਂਡ ਸੀ ਇੱਕ ਨਾਲ ਅੱਛਾ ਉਰੇ ਮਾਰਦਾ ਨੀ ਹਾਂ ਪਿਆਰ ਨਾਲ ਦੱਸ ਦੇ ਸਾਰਾ ਕੁਝ ਦੱਸ ਦੇ ਓ ਮੈਂ
ਮੈਂ ਪੰਡਤ ਨੂੰ ਪੁੱਛਿਆ ਦੀਕ ਨੂੰ ਉਹ ਮੇਰੀ ਥੋੜੀ ਜਿਹੀ ਕੇਅਰ ਘੱਟ ਕਰਦੀ ਹੈ ਉਹਦਾ ਬਿਜੀ ਸ਼ਡਿਊਲ ਜ਼ਿਆਦਾ ਰਹਿੰਦਾ ਗਾ ਉਹ ਮੈਨੂੰ ਪੰਡਤ ਕਹਿੰਦਾ ਵੀ ਤੂੰ ਹੱਕ ਦੇ ਜਾਂਦੇ ਵਿੱਚ ਚੁੰਨੀ ਧਰਦੀ ਨਾਲੇ ਧਰਦੀ ਸੂਈ ਪਈ ਆ ਉੱਤੇ ਇੱਕ ਸੂਈ ਧਰ ਕੇ ਆਇਆ ਮੈਂ ਹੋਰ ਕੁਛ ਨੀ ਸੌਣ ਲੱਗੇ ਗੁਰੂਗੀ ਤੇਰੀ ਕਹਿੰਦਾ ਵੀ ਤੇਰੀ ਕੇਅਰ ਕਰਨ ਲੱਗ ਜੂ ਤੇ ਨਾ ਫਸ ਜੂ ਕਹਿੰਦਾ ਗਾਟੀ ਪੈ ਜੂ ਦੱਸੀ ਮੈਂ ਮੇਰੇ ਪਾਪੇ ਨੂੰ ਰਾਤੀ ਮੈਨੂੰ ਕੁੱਟੂਗਾ ਜਿਹੜਾ ਦਿਲ ਮੇਰੇ ਦਿਲ ਚ ਉਹਦੇ ਦਿਲ ਚ ਵੀ ਹੋਣਾ ਚਾਹੀਦਾ ਮੈਂ ਉਹਦੇ ਤੇ ਕੋਈ ਵੀ ਪ੍ਰੈਸ਼ਰ ਨੀ ਪਾਉਣਾ ਚਾਹੁੰਦਾ ਇੱਕੋ ਤਾਂ ਬਿਜੀ ਸ਼ਡਿਊਲ ਜ਼ਿਆਦਾ ਰਹਿੰਦਾ ਗਾ ਸਾਲਾ ਬਣਿਆ ਬਿਜੀ ਦਾ ਰਾਧਾ ਮੇਰੀ ਹੋ ਜਾ ਦੱਸੀ ਨਾ ਵੀਰੇ ਮੇਰੇ ਬਾਪਾ ਮੈਨੂੰ ਗੁੱਟੂ ਮੈਨੂੰ ਘਰੋਂ ਕੱਢ ਦੂਗਾ ਚੱਲ ਕੋਈ ਨਾ ਨਹੀਂ ਦੱਸਦਾ ਘਰੇ ਬਾਗ ਨਾਲੇ ਠੀਕ ਹੈ ਵੀਰੇ ਆ ਜਾ ਮੇਰੇ ਨਾਲ ਹੀ ਆ ਜਾ ਨਾ ਮੈਂ ਫੇਰ ਆਊਗਾ ਭੈਣਾ ਦੇਖ ਲੈਂਦਾ ਪਿਓ ਜਾ ਸਾਨੂੰ ਕਹਿੰਦਾ ਹੁੰਦਾ ਤੁਸੀਂ ਲਾਥੋ ਤੇਰਾ ਮੁੰਡਾ ਦੱਸਣਾ ਦੇਵੇ ਹਾਏ ਹਾਏ ਮੈਨੂੰ ਡਰ ਲੱਗਦਾ ਮਾਮੀ ਨੂੰ ਫੋਨ ਕਰਦਾ ਮੈਂ ਇੱਕ ਵਾਰ ਹਾਏ ਮੈਂ ਬਾਬੇ ਨੂੰ ਇੱਕ ਵਾਰ ਫੋਨ ਲਾ ਕੇ ਪੁੱਛ ਲੈਂਦਾ ਬਾਬਾ ਜੀ ਐਂ ਹੋਈ ਅੱਜ ਮੇਰੇ ਨਾਲ ਨਮਸਕਾਰ ਆਪ ਸਭ ਕਿਸ ਹੈਲੋ ਹੈਲੋ ਗੁੱਡ ਆਫਟਰਨੂਨ ਬਾਬਾ ਜੀ ਗੁੱਡ ਆਫਟਰਨੂਨ ਬੱਚਾ ਬਾਬਾ ਜੀ ਮੈਂ ਉਹ ਕਰਤਾ ਸੀਗਾ ਜੀ ਜਿਹੜਾ ਤੁਸੀਂ ਦੱਸਿਆ ਸੀ ਵੀ ਲਾਲ ਚੁੰਨੀ ਤੇ ਇੱਕ ਸੂਈ ਜੀ ਅੱਛਾ ਅੱਛਾ ਬਾਬਾ ਜੀ ਉਹ ਤਾਂ ਮੈਂ ਧਰਤੀ ਤੇ ਸਾਡੇ ਪਿੰਡ ਵਾਲੇ ਧਾਰੀ ਨੇ ਦੇਖ ਲਿਆ ਮੈਨੂੰ ਅੱਛਾ ਉਹ ਸੁਣਦਾ ਤਾਂ ਨਹੀਂ ਬਾਬੇ ਪਰ ਬਾਪੇ ਨੂੰ ਤਾਂ ਨਹੀਂ ਦੱਸਦਾ ਨਹੀਂ ਬੇਟਾ ਕੁਝ ਨੀ ਹੁੰਦਾ ਠੀਕ ਆ ਬਾਬਾ ਜੀ ਬਾਬਾ ਜੀ ਮੈਂ ਤੁਹਾਨੂੰ ਜਿਵੇਂ ਰਿਜ਼ਲਟ ਆਉਂਦੇ ਨੇ ਮੈਂ ਤੁਹਾਨੂੰ ਫੋਨ ਕਰਦਾ ਜੀ ਬੈਕ ਕਾਲ ਕਰਦਾ ਮੈਂ ਦੱਸੂਗਾ ਵੀ ਰਿਜ਼ਲਟ ਆ ਰਹੇ ਨੇ ਬਸ ਉਹ ਕੁੜੀ ਦੇ ਅਸਰ ਪੈਣਾ ਸਟਾਰਟ ਹੋ ਗਿਆ ਠੀਕ ਆ ਬਾਬਾ ਜੀ ਰਾਧਾ ਨੂੰ ਫੋਨ ਕਰਕੇ ਪੁੱਛ ਲਓ ਮੜਾ ਜਾ ਠੀਕ ਆ ਕਦੋਂ ਕਿ ਪੁੱਛਾਂ ਬਾਬਾ ਜੀ ਬਸ 2 ਘੰਟੇ ਬਾਅਦ ਓਟੀਪੀ ਆ ਗਿਆ ਤੇ ਰਿਜ਼ਲਟ ਨੂੰ ਸਟਾਰਟ ਹੋ ਗਏ ਬਸ ਠੀਕ ਆ ਬਾਬਾ ਜੀ ਹਾਂ ਬੇਟਾ ਠੀਕ ਆ ਜੀ ਹਾਏ ਬਾਬਾ ਜੀ ਨੇ ਕਿਹਾ ਸੀ ਵੀ 2 ਘੰਟੇ ਅੱਧਾ ਘੰਟਾ ਰਹਿ ਗਿਆ ਹਾਏ ਹਾਏ ਕਿਰਪਾ ਹੋ ਜੇ ਸ਼ੁਰੂ ਮੈਂ ਸਾਲਾ ਗੁੜਾ ਤਾਂ ਭੁੱਖ ਲੱਗ ਰਹੀ ਹੈ ਹਾਏ ਬਾਬਾ ਜੀ ਹਾਏ ਛੇਤੀ ਹੋ ਜੇ ਟਾਈਮ ਅੱਜ ਸਾਲਾ ਟਾਈਮ ਨਹੀਂ ਹੋਣ ਚਾਹੁੰਦਾ ਹੈਗਾ ਹੋ ਜਾ ਰਾਧਾ ਮੈਂ ਗੱਲ ਭਰਾ ਲੈ ਕਰਕੇ ਮੈਂ ਮੇਰੀ ਨਾ ਹੋਈ ਤੂੰ ਸੌ ਲੱਗੇ ਹਾਏ 20 ਮਿੰਟ ਪਏ ਨੇ ਦਸ 9 8 7 6 5 4 3 2 1 ਆ ਗਏ ਆਈ ਕੈਨ ਨਾਟ ਬੀ ਕਨੈਕਟਡ ਐਟ ਦ ਮੋਮੈਂਟ ਪਲੀਜ਼ ਟ੍ਰਾਈ ਅਗੇਨ ਲੇਟਰ ਹੈ
cannot be connected at the moment. Please try again later. काम तो नहीं कर दी कोई. Cannot be connected at the moment. Please try again later. देखा ऑनलाइन तो नहीं बैठी कितने व्हाट्सएप पे. फोन तो अब दिल में रख दिया कि कृपा शुरू होगी और ही कृपा होगी. मैं थोड़ा बाबे जन सड़े जन कितना बाबा कितना नमस्कार आप सबके साथ और सबके हेलो ब्लॉक करा के धरती ओ बच्चा बच्चा तुसी पेमेंट नहीं करी हैगी हजे ओदी. पेमेंट करू पहला ओदी 50,000 रुपया फिर गल करू. ओ 50,000 रुपया हां पेमेंट पेटीएम करो बच्चा पेटीएम हजे मैं ओदे इकनी चीज भेजी नहीं तकड़ी. पैसे पहला तो दसियो कि मेरे ब्लॉक करा के धरता ओए मेरी हाय मेरा मन भरया आया थी. ना ना बच्चा कुछ नहीं होया सीन करया कुछ मेरी दादा सही है ना मेरे नाल. हां हां बच्चा तो पुन्न प्यार करू तो लू तू 2.5 लाख कहा 50,000 भेज दू. आही नंबर ते भेजा. हां यही नंबर ते भेज दू 50,000. ठीक है भेज देना चंगा. हां पेटीएम करो या गूगल पे दोनों ही चल दिया बच्चा. ठीक है जादू भेजेंगे काला जादू करेंगे तेल मिला के. ठीक है चंगा बाय बाय चंगा. हमें जान करती थी सड़े हुए ने ट्रांसफर तक मैसेज कर देना नू बाबा जी चेक करो मैं अपनी कृपा करती तुसी अपनी कृपा राधा ते शुरू करो जो भी भेजना है भेज दो जेड़ी वेरीफिकेशन करानी है ता जो भी OTP सेंड होगा वह ओनू कर दो जल्दी जल्दी मैनू मेरी राधा दे दो. ठीक है तू लै पुत चाह पीला उठ गए ਉਹ ਪੁੱਤਾਂ ਚਾਹ ਪੀ ਲਾ. ਮੈਂ ਨਹੀਂ ਪੀਣੀ. ਕਿਉਂ ਨਹੀਂ ਪੀਣੀ? ਸਵੇਰ ਦਾ ਭੁੱਖਾ ਫਿਰੀ ਜਾਂਦਾ ਐਵੇਂ. ਮੇਰਾ ਮਨ ਨਹੀਂ ਬਾਪੂ. ਨਾ ਤੂੰ ਰੋਟੀ ਖਾਧੀ ਹੈਗੀ, ਚਾਹ ਤਾਂ ਪੀ ਲਾ ਘੁੱਟ. ਨਾ ਬਾਪੂ ਮੈਨੂੰ ਭੁੱਖ ਨਹੀਂ ਆਈ ਰੋਟੀ ਦੀ. ਉਹ ਤੇਰਾ ਕੁਛ ਦੁਖਦਾ ਤਾਂ ਨਹੀਂ? ਨਾ. ਜੇ ਕੁਛ ਦੁਖਦਾ ਤਾਂ ਦੱਸ ਦੇ ਪੁੱਤ, ਆਪਾਂ ਦਵਾਈ ਲੈ ਆਉਂਦੇ ਡਾਕਟਰ ਤੋਂ. ਨਾ ਕੁਛ ਨਹੀਂ ਦੁਖਦਾ, ਠੀਕ ਹਾਂ ਮੈਂ ਬਸ. ਇਹੋ ਜਿਹਾ ਕੀ ਹੋ ਗਿਆ ਇਹਨੂੰ? ਕੱਲ੍ਹ ਦਾ ਦੇਖੀ ਜਾਂਦਾ ਮੈਂ, ਚੁੱਪ ਚਪਾਪ ਬੈਠਾ, ਨਾ ਹੱਸਦਾ ਨਾ ਖੇਡਦਾ. ਪੁੱਤ ਕਿਸੇ ਗੱਲ ਦੀ ਟੈਨਸ਼ਨ ਤਾਂ ਨਹੀਂ ਤੈਨੂੰ? ਨਾ ਬਾਪੂ ਕੋਈ ਟੈਨਸ਼ਨ ਨਹੀਂ ਮੈਨੂੰ. ਉਹ ਲੜਿਆ ਤਾਂ ਨਹੀਂ ਕਿਸੇ ਨਾਲ ਸੈਂਟਰ 'ਚ? ਨਾ. ਨਾਲੇ ਤੂੰ ਜਾਂਦਾ ਨਹੀਂ ਹੁਣ ਸੈਂਟਰ, ਮੈਨੂੰ ਐਂ ਦੱਸ. ਉਹ ਬਾਪੂ ਮੈਡਮਾਂ ਛੁੱਟੀ 'ਤੇ ਨੇ, ਉਹ ਹੇਮਕੁੰਡ ਸਾਹਿਬ ਗਈਆਂ ਹੋਈਆਂ ਨੇ ਨਾਉਣ ਕਰਨ. ਅੱਛਾ ਚੱਲ ਠੀਕ ਹੈ ਪੁੱਤ, ਫਿਰ ਤੂੰ ਕਰ ਰੈਸਟ ਹੈ, ਮੈਂ ਬਾਗਲ 'ਚ ਗੇੜਾ ਮਾਰਿਆ ਵਾ ਮੱਛਾਂ ਲਵੇ. ਠੀਕ ਹੈ. ਹੋਰ ਹੁਣ ਸਾਡਾ ਸਾਰਾ ਟੱਬਰ ਵਧੀਨ ਹੋ ਰਿਹਾ, ਰਾਤ ਸਾਰੀ ਰਾਤ ਕੱਢੀ ਹੈਗੀ ਅੱਖਾਂ ਜਾਗ ਜਾਗ ਕੇ. ਫਿਰ ਤੂੰ ਐਂ ਕਰ ਉਹਨੂੰ ਹਾਲੋਂ ਦੇ ਕੇ ਦੇਖ ਲੈ. ਹਾਲੋਂ ਤਾਂ ਸਾਡੇ ਨੇ ਦੇਤੀ ਸੀ ਮੇਰੇ ਹਿਸਾਬ ਨਾਲ. ਫਿਰ ਇੱਕ ਹੋਰ ਕੰਮ ਕਰ, ਉਹ 10 ਮਿਰਚਾਂ ਲੈ ਕੇ ਕਾਲੀਆਂ, ਉਹਦੀ ਪਿੱਠ ਤੇ ਰਗੜ ਦੇ. ਠੀਕ ਆ, ਉਹਦੇ ਨਾਲ ਵੀ ਫਰਕ ਪੈ ਜਾਂਦਾ ਹੁੰਦਾ. ਹੋਰ ਮੈਂ ਤਾਂ ਰੱਖਦਾ ਰਹਾ ਪਸ਼ੂ ਸਿਆਣਾ ਬੰਦਾ, ਉਹ ਡਾਕਟਰ ਆਈ ਜਾਂਦਾ ਦੇ ਟੀਕਾ ਲੈ ਟੀਕਾ. ਡਾਕਟਰਾਂ ਨੂੰ ਕੀ ਪਤਾ ਯਾਰ. ਚਲ ਆ ਕਰ ਲੈਨੇ ਆ ਫਿਰ. ਹਾਂ ਆ ਕਰ ਲੈ ਤੂੰ ਕੰਮ, ਹੋ ਜੂ ਤੇਰਾ. ਹੋਰ ਰੀਤੂ ਕਿਵੇਂ ਫਿਰ? ਰੀਤੂ ਦਾ ਭਾਈ ਤੈਨੂੰ ਕੀ ਦੱਸਾਂ ਮੈਂ. ਅੱਛਾ ਨਾ 3 ਦਿਨ ਹੋ ਗਏ ਨਾ ਤਾਂ ਉਹ ਪੜਨ ਜਾਂਦਾ ਆ ਸੈਂਟਰ ਵਿੱਚ ਜਿੱਥੇ ਜਾਂਦੇ ਨੇ ਬਾਹਰ ਲੱਗਿਆ ਹੋਇਆ. ਹਾਂ ਤੇ ਨਾ ਮੈਨੂੰ ਕੁਝ ਦੱਸ ਰਿਹਾ ਹੈਗਾ ਵੀ ਕੀ ਗੱਲਬਾਤ ਹੈ, ਪਤਾ ਨਹੀਂ ਤਾਂ ਕਿਸੇ ਨਾਲ ਲੜ ਪਿਆ ਉੱਥੇ. ਅੱਛਾ ਰੋਟੀ ਪਾਣੀ ਵੀ ਨਹੀਂ ਖਾਂਦਾ,
ਠੀਕ ਆ ਅਹੀਂ ਪਿਆ ਰਹਿੰਦਾ ਘਰੇ ਤਿੰਨ ਦਿਨ ਹੋ ਗਏ ਦੇਖ ਲਾ ਮੇਰੀ ਭੂਆ ਦੀ ਕੁੜੀ ਦਾ ਬਾਗੀ ਸਿੱਟਣੀ ਚੱਲ ਵਧੀਆ ਭਾਈ ਰਾਤ ਗਈ 8:30 ਮਿੰਟ ਆ ਗਈ ਦੀ ਕੁੜੀ ਦੇ ਅੱਛਾ ਹਾਂ ਸਾਡੇ ਵਾਲੇ ਨੇ ਤਾਂ ਬਦੀਨ ਕਰ ਰੱਖਿਆ ਮੈਨੂੰ ਅੱਛਾ ਹਾਂ ਮੈਂ ਆਪਣੇ ਬਾਬੇ ਲੈ ਵੀ ਗਿਆ ਦੀ ਪਿੰਡ ਵਾਲੇ ਕੋਲੇ ਆ ਸਾਥ ਲਵੇ ਹਾਂ ਕੀ ਕਹਿੰਦਾ ਭਾਈ ਇਹਨੂੰ ਉੱਪਰੀ ਹੈ ਤਾਇਆ ਗੱਲ ਦੱਸਾਂ ਇੱਕ ਦਿਨ ਘਰ ਬਣਿਆ ਹੋਇਆ ਮੇਰਾ ਹਾਂ ਲੜੀ ਨਾ ਪਰ ਜਵਾਖ ਨਾਲ ਅੱਛਾ ਨਾ ਮੈਨੂੰ ਕੁਛ ਕਹੀ ਨਾ ਨਹੀਂ ਲੜਦਾ ਦੱਸ ਉੱਪਰੀ ਕਾਹਨੂੰ ਹੈ ਉੱਪਰੀ ਦਾ ਗੂਲੇ ਚੀਕ ਵਾਲੀ ਰਾਧ ਹੈ ਜਿਹੜੀ ਉਹਦੇ ਸਿਰ ਤੇ ਚੜੀ ਹੋਈ ਆ ਉਹ ਮੈਨੂੰ ਪਤਾ ਟੋਬੇ ਤੇ ਉੱਥੇ ਅੱਕ ਦੀ ਜੜ ਚ ਪਤਾ ਨੀ ਕੀ ਚੁੰਨੀਆਂ ਜਾਨੀਆਂ ਦਰੀ ਜਾਂਦਾ ਦੀ ਪਰ ਕਹੀ ਨਾ ਤਾਇਆ ਬਣ ਕੇ ਜਵਾਕ ਨੂੰ ਕੁਛ ਉਹਦਾ ਗਲਤ ਪੈ ਰਿਹਾ ਟਰੈਕ ਤੇ ਤੈਨੂੰ ਦੱਸਾਂ ਮੈਂ ਕੁੜੀ ਗਾੜੀਆਂ ਦੇ ਚੱਕਰ ਚ ਪੈ ਰਿਹਾ ਉਹ ਮੈਨੂੰ ਤਾਂ ਕਹਿੰਦਾ ਸੀ ਵੀ ਮੈਂ ਉੱਥੇ ਸੱਭਿਆਚਾਰ ਦਾ ਦਿਖਾਉਣਾ ਕੁਛ ਅੰਗਰੇਜ਼ ਆਉਣਗੇ ਕਹਿੰਦਾ ਸਾਡੇ ਉੱਥੇ ਸੈਂਟਰ ਜਿਹੇ ਚ ਦੇਖਤਾ ਮੈਨੂੰ ਕੋਈ ਅੰਗਰੇਜ਼ਾਂ ਕਰੂ ਜਾਂ ਮੈਂ ਜਿੰਨਾ ਤੈਨੂੰ ਦੱਸਿਆ ਆਪਦੇ ਕਰਕੇ ਦੱਸਤਾ ਚਲ ਮੈਂ ਤਾਂ ਮਿਰਚਾਂ ਲਾਉਣਾ ਮੈਂ ਇਸਦੀ ਪਿੱਠ ਤੇ ਹੈਂ ਕਰ ਲਈ ਗੱਲ ਕਿਹੜੇ ਕੰਮਾਂ 'ਚ ਪੈ ਗਿਆ ਇਹ ਉਹ ਪੁੱਤ ਉੱਠ ਖੜਾ ਉਹ ਨਹੀਂ ਡੈਡੀ ਮੈਂ ਨਹੀਂ ਹੋਣਾ ਹੀ ਖੜਾ ਉਹ ਉੱਠ ਖੜ ਕੀ ਹੋ ਗਿਆ ਜੀ ਮੈਨੂੰ ਤਾਰੀ ਨੇ ਸਾਰਾ ਕੁਝ ਦੱਸਦਾ ਤੂੰ ਉੱਠ ਖੜ ਡੈਡੀ ਮੈਨੂੰ ਮਾਫ ਕਰ ਦੇ ਮੇਰੇ ਤੋਂ ਗਲਤੀ ਹੋ ਗਈ ਮੈਂ ਅੱਗੇ ਤੋਂ ਨਹੀਂ ਕੁੜੀ ਪਿੱਛੇ ਕਿਸੇ ਪਿੱਛੇ ਚੱਕਰਾਂ 'ਚ ਪੈਂਦਾ ਸੀ ਤਾਰੀ ਨੂੰ ਯੂ ਹੀ ਮਾਰਦਾ ਜੀ ਨਾ ਤੂੰ ਮੈਨੂੰ ਆਪ ਹੀ ਦੱਸ ਦਿੰਦਾ ਡਰਨ ਵਾਲੀ ਕੀ ਗੱਲ ਸੀ ਮੈਂ ਤਾਂ ਸਮਾਂ ਤੇ ਖੁਸ਼ ਹੋਇਆ ਆਹ ਗੱਲ ਸੁਣ ਕੇ ਵੀ ਤੂੰ ਵੀ ਕਿਸੇ ਕੁੜੀਆਂ ਮਗਰ ਜਾਣ ਲੱਗ ਗਿਆ ਨਹੀਂ ਜਿੱਦੇ ਦਾ ਤੂੰ ਚੁੰਨੀ ਜੀ ਲੈ ਕੇ ਗਿਆ ਨਾ ਚੱਕ ਕੇ ਮੈਨੂੰ ਤਾਂ ਇੰਝ ਵੀ ਕਿਤੇ ਹੋਰ ਨਾ ਚਾਹੁੰਦੇ ਚਾੜਿਆ ਮੈਂ ਟੈਨਸ਼ਨ ਲਈ ਫਿਰਦਾ ਸੀ ਮੈਨੂੰ ਤਾਂ ਖੁਸ਼ੀ ਆ ਕੰਮ ਦੀ ਵੀ ਤੂੰ ਆਹ ਕਰ ਲਿਆ ਕੰਮ ਏਡਾ ਵੱਡਾ ਚੱਲ ਉੱਠ ਚੱਲੀ ਆਪਾਂ ਡੈਡੀ ਇੱਕ ਮੇਰੇ ਤੋਂ ਹੋਰ ਗਲਤੀ ਹੋ ਗਈ ਜੀ ਹੋਰ ਕੀ ਹੋ ਗਿਆ ਮੈਂ ਕੁੜੀ ਪਿੱਛੇ ਲੱਗ ਕੇ ਇੱਕ ਪੰਡਤ ਨੂੰ ਜੀ 50,000 ਰੁਪਇਆ ਦੇ ਦਿੱਤਾ ਜੀ ਉਹ ਕੋਈ ਨਹੀਂ ਆਪਾਂ ਲੱਖ ਦੇ ਆਵਾਂਗੇ ਤੂੰ ਖੜਾ ਹੋ ਕੇ ਨਾ ਉੱਠ ਆਪਾਂ ਗੱਲ ਕਰਕੇ ਆਉਂਦੇ ਹਾਂ ਬਾਪੂ ਉਹ ਸਟੱਡੀ ਕਰਦੀ ਹੈਗੀ ਉਹ ਮੈਂ ਨੀ ਚਾਹੁੰਦਾ ਕਿ ਉਹਦੇ ਮਨ ਚ ਵੀ ਮੇਰੇ ਪ੍ਰਤੀ ਕੋਈ ਐਵੇਂ ਦੀ ਗੱਲ ਬੈਠ ਜੇ ਕਿ ਉਹਦਾ ਫਿਊਚਰ ਸਿਕਿਓਰ ਨਾ ਹੋਵੇ ਉਹਨੂੰ ਕੋਈ ਮੈਂ ਫੋਰਸ ਨਾ ਕਰਾਂ ਬਾਪੂ ਉਹ ਜਦੋਂ ਮਨ ਚ ਹੋਊ ਉਹਦੇ ਦਿਲ ਚ ਮੇਰੀਆਂ ਫੀਲਿੰਗਾਂ ਆਪੇ ਹੀ ਸਮਝ ਲੂਗੀ ਬਾਪੂ ਨਾ ਤੂੰ ਵੀ ਆਈਲੈਟਸ ਕਰਦਾ ਹੈ ਬਾਹਰ ਜਾਏਗਾ ਤੇਰਾ ਫਿਊਚਰ ਨਹੀਂ ਹਾਂ ਬਾਪੂ ਬੜੇ ਚ ਏਡੀ ਸੋਚਣ ਵਾਲੀ ਕੀ ਗੱਲ ਆ ਨਹੀਂ ਬਾਪੂ ਮੈਂ ਨਹੀਂ ਉਹ ਸੀ ਰਜਾਮੰਦੀ ਨਾਲ ਕਰਾਉਣਾ ਚਾਹੁੰਦੇ ਜੋ ਕੁਛ ਕਰਨਾ ਚਾਹੁੰਦੇ ਵਿਆਹ ਬੂ ਵੀ ਪਿਆਰ ਵੀ ਬਾਪੂ ਮੈਂ ਉਹਦੇ ਕੋਈ ਪ੍ਰੈਸ਼ਰ ਨਹੀਂ ਪਾਉਣਾ ਚਾਹੁੰਦਾ ਬਾਪੂ ਚੱਲ ਫਿਰ ਆਪਾਂ ਡੇਰੇ ਵਾਲੇ ਬਾਬੇ ਲਵੇ ਚੱਲਦੇ ਆ ਜਾ ਉਹਦੇ ਲਵੇ ਕੀ ਆ ਬਾਪੂ ਓਏ ਆ ਜਾ ਆਪਾਂ ਨੂੰ ਪੁੱਛ ਗਿੱਛ ਕਰਦੇ ਆ ਜਾ ਹੈ ਆ ਜਾ ਉੱਠ ਤੂੰ ਖੜਾ ਹੋ ਆਪਾਂ ਆ ਜਾ ਬਲੀਆਂ ਨਾਲੇ ਮੈਂ ਕਮਲਾ ਦੱਸ ਜਿੱਦਣ ਦੀ ਤੇਰੀ ਲਾਈਫ ਮੇਰੀ ਲਾਈਫ ਹੋਈ ਆ ਮੈਨੂੰ ਮੇਰੀ ਲਾਈਫ ਲੱਗੇ ਖੰਡ ਵਰਗੀ ਓ ਹੋ ਹੋ ਮੈਡਮ ਕੌਰ ਵੀ ਮਾਤਾ ਆਰ ਨੇਕ ਦੀ ਜੈ ਜੈ ਕਾਰ ਹੈ ਹੋ 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 ਕੈਸੇ ਸ਼ਬਦ ਲਿਖਦੇ ਨੇ ਮਾਂ ਦੇ ਪੁੱਤ ਗੋਨਿਆਂ ਵਾਲੇ ਬਾਬੇ ਦੀ ਸੰਤਾਂ ਦੀ ਸਿੱਧੂ ਮੂਸੇਵਾਲੇ ਦੀ ਜੈ ਹੋ ਤੇ ਕਰਨ ਔਜਲੇ ਦਾ ਦੇ ਦਈਏ ਰੋਟ ਜਕਾਰਾ ਹੋਵੇ ਸੰਗਤਾਂ ਹੀ ਲੱਗਦੇ ਓ ਹੋ ਮਾਇਆ 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 ਸਤਿ ਸ਼੍ਰੀ ਅਕਾਲ ਬੱਚਾ ਕਿਵੇਂ ਆਇਓ ਇਹ ਮੁੰਡਾ ਪੜਦਾ ਨਹੀਂ ਜੀ ਕੈਥਲ ਤੋਂ ਆਇਆ ਜੀ ਅਸੀਂ ਓਹ ਹੋ ਕੈਥਲ ਤੋਂ ਆਇਓ ਹਾਂਜੀ ਹਾਂਜੀ ਬਾਬਾ ਕੈਥਲ ਓਹ ਹੋ ਬੜੀ ਦੂਰੋਂ ਆਇਓ ਹਰਿਆਣੇ ਦੀਆਂ ਹੱਦਾਂ ਚੋਂ ਹਾਂਜੀ ਹਾਂਜੀ ਜਾਟ ਹੋ ਜਾਟ ਹਾਂਜੀ ਇਹ ਪੜਦਾ ਨਹੀਂ ਬਾਬਾ ਜੀ ਅੱਛਾ ਮੁੰਡਾ ਪੜਦਾ ਨਹੀਂ ਤੁਹਾਡੇ ਬਾਰੇ ਸੁਣਿਆ ਫਿਰ ਇੱਥੇ ਆਏ ਜੀ ਸਿੰਘ ਅੱਛਾ ਹਾਂ ਬੜੇ ਪੜਨ ਲਾਤੇ ਰੈਪ ਕਰਨ ਲਾਤਾ ਲੋਕਾਂ ਨੂੰ ਹੋ ਹੋ ਅਰਜਨ ਢਿੱਲੋਂ ਜੈਸਮਿਨ ਸੈਂਡਲਸ ਦੀ ਬੋਲੋ ਜਾਂ ਲਾਲ ਬਾਲ ਵਾਲੀ ਦੀ ਮਾਤਾ ਦੀ ਆ ਜਾ ਜੈਸਮਿਨ ਸੈਂਡਲਸ ਹੋ 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 ਜੈਸਮਿਨ ਸੈਂਡਲਸ ਕੌਰ ਵੀ ਹੈ ਸੁਨੰਦਾ ਸ਼ਰਮਾ ਹੋ 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 ਬਾਜ਼ਾਰ ਵਿੱਚ ਠੋਕਦੀ ਖਾਣ ਭੈਣੀ ਵਾਲੇ ਦੇ ਉਹਨੇ ਰਿਪਲਾਈ ਕੀਤਾ ਤੀਗਾ ਹੋ 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 ਬੜੇ ਬਾਈ ਦੇਵਤੇ ਆਏ ਨੇ ਗਏ ਆਹਾ ਗਾਣਾ ਸੁਣਿਆ ਕਿੱਥੋਂ ਪੜ ਲੂਗਾ ਹਜੇ ਨਹੀਂ ਪੜਦਾ ਜਿੰਨਾ ਤੱਕ ਸੰਤਾਂ ਦੀ ਕਿਰਪਾ ਨਹੀਂ ਹੁੰਦੀ ਸੰਤ ਪੜ੍ਹੇ ਨੇ ਗਾਣਾ ਸ਼ਬਦ ਸੁਣਿਆ ਹੋਣਾ ਤੁਸੀਂ ਉਹਦੀ ਚਿੱਟੀ ਲਾਂਸਰ ਵੜਦੀ ਜਾਂਦੀ ਫਾਇ ਤੇ ਮਸ਼ੌਕੀ ਪੜਨੇ ਦਾ ਖੜਾ ਰੰਗਰੇਟਾ ਬਸ ਦੀ ਪਹਿਲੀ ਟਾਕੀ ਜਿੱਤੇ ਉਹ ਪੰਪ ਤੋਂ ਟੈਕੀ ਫੁੱਲ ਕਰਾਉਂਦੀ ਆ ਉਹ ਸ਼ਬਦ ਸੁਣੇ ਹੋਣੇ ਬਾਠ ਵਾਲੇ ਬਾਠ ਨੇ ਲਿਖੇ ਤੀ ਉਹਨਾਂ ਕਰਕੇ ਹਿੱਟ ਨੇ ਸਾਰੇ ਪੰਜਾਬੀ ਮਾਂ ਬੋਲੀ ਨੂੰ ਭੁੱਲਦੇ ਜਾਂਦੇ ਬੋਲ ਜੈਸਮਿਨ ਸੈਂਡਲਸ ਦੀ ਜੈ 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 ਦੁਬਾਰੇ ਕਹੋ ਜਕਾਰਾ ਜੈਸਮਿਨ ਸੈਂਡਲਸ ਦਾ ਜੈ ਲਾਲ ਬਾਲ ਵਾਲੀ ਦਾ ਜੈ ਠੀਕ ਆ ਠੀਕ ਆ ਕੌਰ ਵੀ ਦਾ ਰੂਟ ਲਾਉਣਾ ਪਊਗਾ ਜੈਸਮੀਨ ਸੈਂਡਲਸ ਦੇ ਦੋ ਥੰਮ ਚੱਕਣੇ ਪੈਣਗੇ ਠੀਕ ਹੈ ਜੀ ਫੇਰ ਕਿਤੇ ਜਾ ਕੇ ਅੰਗਰੇਜ਼ੀ ਬੋਲਣ ਲੱਗੂ ਬਾਬਾ ਜਮਾ ਨਹੀਂ ਆਉਂਦਾ ਪੰਜਾਬੀ ਨਾਮ ਵੀ ਲਿਖਿਆ ਹੁੰਦਾ ਜੀ ਹੋ 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 ਬੜੇ ਬੁਰੇ ਹਾਲ ਨੇ ਭਗਤਾ ਕਰ ਦੇ ਗੱਲ ਕੋਈ ਫਕੀਰਾਂ ਦੀ ਹਾਂਜੀ ਫਕੀਰ ਦੀ ਚਮਕਾ ਚੱਲਿਆ ਨਹੀਂ ਪਹਿਲਾਂ ਠੰਡ ਬੜੀ ਲੱਗੀ ਹੈ
हौली बोलो भगत हजे राजपुरे को गल बनती चंडीगढ़ जावा राजपुरे को संत गुस्से हो रहे गलत चल रही अपनी लाइन आप हो पाने एक थौला अर्जन पदौड़ आले का पा दें बड़ा चलिया बाबा हाथ बालन सी बिजी गला कर दी सी चीजी कहनी सिंगल ता तू होए ता हो नहीं सकता मैनू पुछदी स्कोर कुड़ी हुण तक दा मैं आए करी जैसमिन सैंडल्स दा जाके थम चक दी ठीक है करन औजले दा कंबल सुख ली ठीक है बाबा हां सिद्धू मूसे वाले दा मथा टेकी जानू माया देखो माड़ा जा मुंडे दस्या तो है भी ओपरी है किन्ने बारी दस्या मैं कानु है जी ओपरी गोले जी गया नी राधा है मगर लग्या फिर जैसमिन सैंडल्स दी जाए कुड़ी दे चक्कर च मुंडा ਮੁੰਡਾ ਪੜਦਾ ਬਹੁਤ ਹੀ ਆਈਲੈਟਸ ਕਰਦਾ ਸੀ ਗਈ ਓ ਹੋ ਹੋ ਗਲ ਗਿਆ ਗਲ ਗਿਆ ਤਾਂ ਉੱਥੇ ਵੀ ਨਹੀਂ ਗਿਆ ਜੀ ਤਿੰਨ ਦਿਨ ਹੋਏ ਹੋ ਹੋ ਲੈ ਭਗਤਾ ਨਾਮ ਕੀ ਆ ਕੁੜੀ ਦਾ ਰਾਧਾ ਜੀ ਓ ਹੋ ਰਾਧਾ ਤੇਰਾ ਕੀ ਨਾਮ ਹੈ ਰੀਤੂ ਰੀਤੂ ਤੇ ਰਾਧਾ ਦਾ ਬਣਾ ਦਈਏ ਕੁੰਡਲੀ ਮੋੜ ਕਦਰਾ ਗੂਲਾ ਚਿਕਾ ਆ ਜੀ ਹਰਿਆਣੇ ਸਾਈਡ ਜੀ ਇੱਧਰ ਹੈ ਗਈ ਚੀਜ਼ ਇਹ ਕੀ ਹੈ ਜੀ ਇਹ ਰਾਧਾ ਤੇ ਦੇਖੀ ਹੁਣ ਕਿਵੇਂ ਭਾਰੀ ਪੈਂਦੀ ਹੈ ਚੀਜ਼ਾਂ मैं कृपा कर दूंगा जी कहदा जी बसी करन वाला दीगा जी मेन कहदा 50,000 रुपया पा दी काला जादू करिए धोखा करा कराया हां जी 50,000 रुपया पा दी कहदा मेनू कहदा तू इधर अपा कर दी कहदा उधर वेरिफिकेशन हो जू ओटीपी आने तो बाद कहदा ओदी कृपा शुरू हो जूगी मैं करता जी किते भुल भुलेखे च पहले दो दिन तां रहा फोन बंद नाले कर गई ब्लॉक तीजे दिन कहंदी फोन करके कहंदी मैं तां तेरे नाल रखदी नहीं मैं कहा भाई गा तो नहीं रखदी बाबा जी मैं माजी करो जी बस
ਮੇਰੀ ਰਾਧਾ ਮੇਰੀ ਹੋਣੀ ਚਾਹੀਦੀ ਹੈ ਜੀ। ਇੱਕ ਉਹਨਾਂ ਦੇ ਪਿੱਛੇ ਮੁੰਡਾ ਹੋਰ ਫਿਰਦਾ ਜੀ, ਕਾਲੂ ਉਹਨਾਂ ਦੀ ਗਲੀ ਦੀ ਹੈ। ਮੈਨੂੰ ਐਂ ਡਰ ਆ ਉਹਦੇ ਨਾਲ ਨਾ ਕਿਤੇ ਕਰ ਲੈ। ਨਹੀਂ ਨਹੀਂ ਬੱਚਾ, ਕੋਈ ਨਾ, 25,000 ਰੁਪਇਆ ਲੱਗੂਗਾ, ਰਿਸ਼ਤੇਦਾਰ ਵੀ ਮਨਾ ਦਾਂਗੇ। ਬਾਬਾ ਜੀ ਤੁਹਾਨੂੰ 1,00,000 ਰੁਪਇਆ ਦੇ ਦਾਂਗੇ, 25,000 ਛੱਡੋ। ਓਹੋ ਮੇਰੇ ਬੱਚੇ ਦਾ ਹੱਲ ਕਰੋ ਜੀ ਤੁਸੀਂ। ਸਾਗਨ ਪਾ ਕੇ ਜਾਣਗੇ ਇਹਨਾਂ ਦੇ ਘਰੇ ਆਪ ਉਹ। ਦੱਸਿਆ ਜੀ, ਹਾਂ ਹਾਂ ਪਾਉਣਗੇ, ਉਹ ਤਾਂ ਆਪ ਕਹਿਣਗੇ ਵੀ ਅਸੀਂ ਵੇਟਰ ਕਰਦੇ ਹਾਂ, ਅਸੀਂ ਐਂ ਕਰ ਦਾਂਗੇ, ਤੈਨੂੰ ਕੁਛ ਕਰਨ ਦੀ ਲੋੜ ਨਹੀਂ। ਮੈਨੂੰ ਕਹੀ ਨਹੀਂ ਦੇ ਜੀ, ਕਹਿੰਦੀ ਉਹ ਲਵਾਉਣਾ ਆਪਣੇ ਵਿਆਹ 'ਚ ਜਿਹੜਾ ਹੁਣ ਜੇ ਚੱਲਿਆ ਜੀ। ਖੰਨੇ ਇੱਧਰਲੇ ਪਾਸੋਂ ਆ ਜੀ ਕੋਈ। ਪਹਿਲਾਂ ਭਗਤਾਂ ਦੀਆਂ ਵੱਡੀਆਂ ਗੱਲਾਂ ਨੇ ਇਹਨਾਂ ਦੀ, ਫਕੀਰਾਂ ਫਕੀਰਾਂ ਦੀਆਂ ਗੱਲਾਂ ਨਾ ਹੈ। ਹਾਂਜੀ, ਕੋਈ ਨਾ ਭਗਤੋ ਗੱਲ ਹੋ ਜੂਗੀ। ਹਾਂਜੀ, ਕਿਸ ਕਰੀਏ ਕੁੜੀ ਨੂੰ, ਕਈ ਜਿਹਾ ਗੱਲਾਂ ਕਰਦੇ ਜੀ। ਮੈਂ ਤਾਂ ਜੀ ਕਦੇ ਇੱਦਾਂ ਨਹੀਂ ਸੋਚਿਓ ਨਹੀਂ ਜੀ, ਕਿਉਂਕਿ ਜੀ ਜਿੱਦਾਂ ਉਹਨੂੰ ਸਹੀ ਲੱਗਦਾ ਸੀ ਮੈਂ ਉਹਦੀ ਰਜ਼ਾ 'ਚ ਰਾਜ਼ੀ ਰਹਿੰਦਾ ਸੀਗਾ ਜੀ। ਫਲਾਈ ਕਿਸ ਕਰੀ ਹੋਵੇ ਫਿਰ, ਮਤਲਬ ਇਹ ਨਹੀਂ। ਓਹੋ, ਫਲਾਈ ਕਿਸ ਵੀ ਨਹੀਂ ਕਰੀ, ਕਿੰਨੇ ਸਾਲਾਂ ਦਾ? ਮੈਂ ਜੀ, ਮੈਂ ਤਾਂ ਜੀ 22 ਸਾਲਾਂ ਦਾ ਜੀ। 22 ਦਾ ਜੀ, 20 18 ਸਾਲਾਂ ਦੇ ਵਿੱਚ ਕਿਸ ਕਰ ਗਿਆ ਸੀਗਾ? ਹਾਂਜੀ। ਓਹੋ, ਚਲੋ ਕੋਈ ਗੱਲ ਨਹੀਂ। ਹਾਂਜੀ, ਗੱਲ ਗਲਤ ਨਾ ਵਗ ਜੇ ਕਿਤੇ, ਉਹਨਾਂ ਦੇ ਰਿਸ਼ਤੇਦਾਰ ਮਨਾ ਦਾਂਗੇ, ਉਹਨਾਂ ਦੇ ਮਾਮੇ ਤਾਏ ਚਾਚੇ ਜਿੰਨੇ ਵੀ ਸਾਰੇ ਐਗਰੀ ਕਰ ਦਾਂਗੇ ਤੁਹਾਡੇ ਨਾਲ। ਠੀਕ ਹੈ ਬਾਬਾ ਜੀ, ਲੈ ਫੋਟੋ ਤੇ ਕਰਨਾ ਪਊਗਾ। ਤਾਂ ਪਾ ਫੋਟੋ ਹੈਗੀ ਆ? ਹਾਂ ਫੋਟੋ ਆ, ਦਿਖਾ ਪੁੱਤ ਫੋਟੋ ਦਿਖਾ ਬਾਬਾ ਜੀ। ਇੱਕ ਮਿੰਟ ਜੀ, ਹੈਡ ਫਾਈਲਾਂ 'ਚ ਰੱਖੀ। ਕੋਈ ਨਾ ਦੱਸ ਦੇ, ਬੋਲੋ ਜੈਸਮੀਨ ਸੈਂਡਰਸ ਦੀ ਜੈ ਜੈ। ਇਹ ਤੋਂ ਬਿਨਾਂ ਇਹਦੀ ਚੌਕੀ ਕਰ ਰਹੀ ਆ ਜੈਸਮੀਨ ਸੈਂਡਰਸ। ਲੈ ਬਾਬਾ ਜੀ ਆਹ ਫੋਟੋ ਹੈ। ਉਹ ਤੇਰੀ ਭੈਣ ਦੀ ਡਾਂਗ ਤੇ ਸਾਡੀ ਬਾਬਲੀ ਆ।